ਵੀਡੀਓ ਕੀ ਤੁਸੀਂ ਲੋਕ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਜਾਣਾ ਔਰ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਨੀ ਹੈ। ਦੋ ਦਿਨ ਪਹਿਲੇ ਮੈਂ ਤੁਹਾਨੂੰ ਇੱਕ ਤਸਵੀਰਾਂ ਤੋਂ ਰੂਬਰੂ ਕਰਵਾਇਆ ਹੈ ਕਿ ਜਨਾਬ ਜੰਮੂ ਦੇ ਜਿਹੜਾ ਆਰਸਪੁਰਾ ਅਰਨੀਆ ਤੋਂ ਇੱਥੇ ਇੱਕ ਐਸਾ ਮਾਮਲਾ ਸਾਹਮਣੇ ਨਜ਼ਰ ਆਇਆ ਕਿ ਜਿੱਥੇ ਇੱਕ ਯੁਵਕ ਦੇ ਸਿਰ ਪਰ ਤੇਜ਼ਧਾਰ ਹਥਿਆਰ ਕੰਨੇ ਹਮਲਾ ਹੋਇਆ, ਜਿਸ ਦੇ ਬਾਅਦ 18 ਸਾਲ ਦਾ ਬੇਟਾ ਉਹ ਗੰਭੀਰ ਰੂਪ ਕੰਨੇ ਗਾਇਲ ਹੋਈ ਆ, ਜਿਸ ਦੇ 4 ਦਿਨ ਦਾ ਜੰਮੂ ਦੇ GMC ਹਸਪਤਾਲ 'ਚ ਇਲਾਜ ਚਲਾ ਰਿਹਾ, ਮਗਰ ਅੱਜ ਉਸ ਬੇਟੇ ਨਾਲ ਜਿਹੜੀ ਅੰਤਿਮ ਸਾਂਸ ਹੈ ਉਹ ਆਪਣੀ ਲਈ ਹੈ, ਮਗਰ ਪਰਿਵਾਰ ਇਸ ਵੇਲੇ ਸਦਵੇ ਵਿੱਚ ਆ ਔਰ ਇਨਸਾਫ ਦੀ ਗੁਹਾਰ ਲਗਾ ਰਿਹਾ। ਇਹ ਤਸਵੀਰ ਹੈ ਜਿਹੜੀ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਇਸ ਵੇਲੇ ਜੰਮੂ ਦੇ GMC ਹਸਪਤਾਲ ਤੋਂ ਦੱਸਣ ਦਾ ਪ੍ਰਯਾਸ ਕਰ ਰਿਹਾ, ਜਿੱਥੇ ਮਾਤਾ ਦਾ ਰੋਈ ਰੋਈ ਆ ਬੁਰਾ ਹੋ ਰਿਹਾ, ਜਿੰਦਾ ਅੱਜ ਬੇਟਾ ਇਸ ਦੁਨੀਆ 'ਚ ਨਹੀਂ ਰਿਹਾ, ਆਖਿਰ ਹੁਣ ਕਿਆ ਕੁਛ ਵਜ੍ਹਾ ਰਹੀ ਹੈ। ਮਗਰ ਮੈਂ ਤਸਵੀਰਾਂ ਤੁਹਾਨੂੰ ਅੱਜ ਤੋਂ 2 ਦਿਨ ਪਹਿਲੇ ਵੀ ਸਾਂਝੀ ਕੀਤੀ ਸੀ ਕਿ ਜਨਾਬ ਆਰਸਪੁਰਾ ਦੇ ਅਰਨੀਆਂ ਵਿੱਚੋਂ ਕਿ ਜਨਾਬ ਇੱਕ ਬੇਟਾ ਜੋ ਲੈ ਖੇਤ ਵਿੱਚ ਜਾਂਦਾ ਅਤੇ ਜਨਾਬ ਕੁਛ ਜਿਹੜੇ ਅਗਿਆਤ ਲੋਕ ਜਿਹੜੇ ਉੱਥੇ ਆਉਂਦੇ ਅਤੇ ਜਨਾਬ ਉਹਦੇ ਸਿਰ ਪਰ ਜੋ ਲੈ ਟੋਕੇ ਕੰਨੇ ਤੇਜ਼ ਵਹਾਰ ਕਰਦੇ ਆ ਅਤੇ ਬੇਟਾ ਗੰਭੀਰ ਰੂਪ ਕੰਨੇ ਗਾਇਲ ਹੋ ਜਾਂਦਾ, ਜਿਸ ਦੇ ਬਾਅਦ ਪਿਤਾ ਦਾ ਰੋਈ ਰੋਈ ਬੁਰਾ ਹੋ ਗਿਆ। ਪਿਤਾ ਨੇ ਆਪਣੀ ਇਨਸਾਫ ਦੀ ਗੁਹਾਰ ਲਗਾਈ, ਮਗਰ ਉਹਦੇ ਬਾਅਦ ਜਨਾਬ 2 ਦਿਨ ਦਾ ਇੱਥੇ ਇਲਾਜ ਚਲਾ ਰਿਹਾ, ਮਗਰ ਪਿਤਾ ਦੇ ਸਾਫ਼ ਤੌਰ ਪਰ ਇਹ ਆਰੋਪ ਹੀ ਕੀ ਕਿ ਅਰਨੀਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਕੁਦੇ ਨਾ ਕੁਦੇ ਅਗਰ ਦੇਖਿਆ ਜਾਂਦਾ ਪੁਲਿਸ ਵੀ ਥੋੜ੍ਹੀ ਲਾਪਰਵਾਹ ਰਹੀ ਹੈ, ਜਿਸ ਦੇ ਬਾਅਦ ਜੋ ਸੋਸ਼ਲ ਮੀਡੀਆ ਪਰ ਜੋ ਖਬਰ ਚੱਲੀ ਹੈ ਤਾਂ ਪੁਲਿਸ ਕੁਛ ਹਰਕਤ 'ਚ ਆਈ ਹੈ ਔਰ ਉਸ ਦੇ ਬਾਅਦ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿਸ ਦੇ ਬਾਅਦ ਜਨਾਬ ਮਾਮਲਾ ਦਰਜ ਕੀਤਾ ਗਿਆ ਅਤੇ ਮਗਰ ਅੱਜ ਬੇਟੇ ਨੇ ਅੰਤਿਮ ਸਾਂਸ ਲੈ ਲਈ ਹੈ। ਆਂਟੀ ਜੀ ਹੁਣ ਕੀ ਅਪੀਲ ਕਰਦੇ ਹੋ ਅੱਜ ਤੁਸੀਂ? ਪੁਲਿਸ ਨੇ ਕੋਈ ਕਾਰਵਾਈ ਕੀਤੀ ਅਜੇ ਤੱਕ? ਆਪਣੀ ਕੁੜੀ ਜੇ ਮੇਰਾ ਜਿਹੜਾ ਮੁੰਡਾ ਮਰਿਆ ਉਹਨੂੰ ਗੱਡੀਆਂ ਚਲੀ ਜਿਹਨਾਂ ਚਾਰੀ ਕੁੜੀ ਲੈ ਜਾ, ਮੈਂ ਜਿਹਨਾਂ ਚ ਬੈਰੀ ਦੇਖਾਂ ਤੇਰਾ ਪੁੱਤਰ, ਮੈਂ ਜਿਹਨਾਂ ਚਾਰੀ ਪੁੱਤਰ ਆਪਣੇ ਹੱਥਾਂ ਕੰਨੇ ਮਾਰੇ ਸਾਨੂੰ ਸਾਹਮਣੇ ਬਿਠਾ ਕੇ ਮਾਰ ਦੇ ਕੀ ਅਪੀਲ ਕਰਦੇ ਆਂਟੀ ਤੁਸੀਂ? ਇਨਸਾਫ ਚਾਹੀਦਾ ਕਿਉਂਕਿ ਇਹ ਬੱਚੇ ਦੀ ਕੀ ਹਾਲਤ ਹੈ, ਇਹਦੀ ਮਾਂ ਪਿਓ ਸੁਣਨਗੇ ਤੇ ਕੀ ਕਰਨਗੇ, ਇੰਨਾ ਵੀ ਸੋਚਣਾ ਤਾਂ ਅਸੀਂ ਕੀ ਉਮਰ ਸੀ ਉਹਦੀ ਬੱਚੇ ਦੀ। ਮੈਂ ਉਹਦੀ ਮਾਸੀ ਹੈ, ਮੇਰੇ ਘਰ ਉਹ 3-4 ਰਾਤਾਂ ਵੀ ਨਹੀਂ ਰਿਹਾ, ਇੰਨਾ ਸਰੀਫ ਬੱਚਾ ਸੀ। ਆਪੇ ਵੀ ਸੋਚਣਾ ਚਾਹੀਦਾ, ਪੁਲਿਸ ਨੇ ਵੀ ਕੋਈ ਕਾਰਵਾਈ ਕਰਨੀ ਚਾਹੀਦੀ। 3 ਦਿਨ ਹੋਏ ਹੈ ਅਸੀਂ ਇੱਥੇ ਰਹਿੰਦੇ, ਉਹਨੇ ਵੀ ਨਹੀਂ ਕੁਛ ਕੀਤਾ। ਪੁਲਿਸ ਵੀ ਕੁਦੇ ਨਾ ਕੁਦੇ ਲਾਪਰਵਾਹ ਰਹੀ ਆ ਰਹੀ ਹੈ, ਕੋਈ ਕਾਰਵਾਈ ਕੀਤੀ ਅਜੇ ਤੱਕ ਉਹਨੇ? ਕੁਛ ਵੀ ਨਹੀਂ, ਅੱਜ ਫੜਿਆ ਇੱਕਾ ਕਹਿੰਦੇ, ਉਹ ਵੀ ਕੋਈ ਪਤਾ ਨਹੀਂ ਫੜਿਆ ਜਾਂ ਨਹੀਂ। ਉੱਥੇ ਸਾਨੂੰ ਜਾਗੇ ਤਾਂ ਪਤਾ ਚੱਲ ਗਿਆ ਪਿੰਡ, ਅਸੀਂ ਇੱਥੇ ਹਸਪੀਟਲ 'ਚ ਬੈਠੇ ਦੇ ਹਾਂ। ਕੀ ਅਪੀਲ ਕਰਦੇ ਅੰਕਲ ਜੀ ਤੁਸੀਂ? ਇਨਸਾਫ ਚਾਹੀਦਾ ਜੀ,
ਇਨਸਾਫ ਚਾਹੀਦਾ ਹੈ। ਇੱਕ ਪਸ਼ੂ ਜ਼ਿਆਦਾ ਦੂਏ ਦੇ ਖੇਤ 'ਚ ਇੰਨਾ ਵੱਡਾ ਜ਼ੁਲਮ ਨਹੀਂ ਹੋਣਾ ਚਾਹੀਦਾ ਬੱਚੇ, ਇਤਨਾ ਜ਼ੁਲਮ ਨਹੀਂ ਹੋਣਾ ਚਾਹੀਦਾ। ਬਿਲਕੁਲ ਉਸਕੋ ਕਾਟ ਕੇ ਫੈਂਕ ਦੀ ਜਾਓ, ਥੋੜਾ ਬਹੁਤਾ ਚਲੋ ਹੋਤਾ ਹੈ, ਥੋੜਾ ਬਹੁਤਾ ਅਪਨ ਲਗਾ ਦਿੱਤੇ, ਭਗਾ ਦਿੱਤੇ ਉਸਕੋ, ਐਸੇ ਥੋੜੀ ਹੋਤਾ ਹੈ ਕਿ ਬਿਲਕੁਲ ਕਾਟ ਹੀ ਦੇਣਾ। ਹਰਜਾਨਾ ਲੈ ਸਕਤੇ ਥੇ, ਮੇਨ ਮਕਸਦ ਹੈ ਕਾਫੀ ਜ਼ਮੀਨ ਹੈ, ਕਾਫੀ ਜ਼ਮੀਨ ਜੋ ਕਾਫੀ ਪਾਸ ਜਾਣੀ ਚਾਹੀਏ। ਪਿੱਛੇ ਵੀ ਕੁਛ ਹਥਿਆਰਬੰਦ ਲੋਕ ਵਹਾਂ ਪੇ ਆ ਗਏ, ਤਾਰ ਲਗਾ ਦੀ, ਘੇਰਾਬੰਦੀ ਕਰ ਲਈ ਪੂਰੀ, ਬਦਮਾਸ਼ੀ ਆਪਣੇ ਆਪਣੀ ਬਦਮਾਸ਼ੀ ਦਿਖਾਤੇ ਹੈ। ਤਸਵੀਰਾਂ ਜਿਹੜੀ ਮੈਂ ਤੁਹਾਨੂੰ ਇਸ ਵੇਲੇ ਸਾਂਝੀ ਕਰ ਰਿਹਾ, ਪੂਰਾ ਅਰਨੀਆ ਜਿਹੜਾ ਗ੍ਰਾਂ ਹੈ ਇਸ ਵੇਲੇ ਇੱਥੇ ਪੁੱਜੇ ਰਿਹਾ, ਔਰ ਇੱਕ ਬੇਟਾ ਅੱਜ ਘਰ 'ਚ ਨਹੀਂ ਰਿਹਾ। ਆਖਿਰ ਕਿਹਾ ਕੁਛ ਵਜ੍ਹਾ ਰਹੀ ਹੈ ਕਿ ਜਨਾਬ ਉਹਨੇ ਜਾਂਚ ਦਾ ਵਿਸ਼ਾ, ਮਗਰ ਕੁਦੇ ਨਾ ਕੁਦੇ ਪਰਿਵਾਰ ਦਾ ਸਾਫ਼ ਤੌਰ 'ਤੇ ਇਹ ਆਰੋਪ ਹੈ ਕਿ ਅਰਨੀਆ ਪੁਲਿਸ ਨੇ ਅਗਰ ਮੌਕੇ 'ਤੇ ਅਗਰ ਕੋਈ ਕਾਰਵਾਈ ਕੀਤੀ ਹੁੰਦੀ ਅੱਜ ਬੇਟਾ ਸੁਰੱਖਿਅਤ ਹੁੰਦਾ, ਮਗਰ ਪਰਿਵਾਰ ਦੀ ਜਿਹੜੀ ਮੈਂ ਇਸ ਵੇਲੇ ਤਸਵੀਰਾਂ ਸਾਂਝੀ ਕਰ ਰਿਹਾ, ਪਰਿਵਾਰ ਇਸ ਵੇਲੇ ਸਦਮੇ ਵਿੱਚ ਹੈ, ਜਿੰਦਾ ਅੱਜ ਇਕਲੌਤਾ ਬੇਟਾ ਜਿਸ ਦੁਨੀਆਂ 'ਚ ਨਹੀਂ ਰਿਹਾ। ਆਖਿਰ ਕਿਹਾ ਕੁਛ ਵਜ੍ਹਾ ਹੁਣ ਇਹ ਜਾਂਚ ਦਾ ਵਿਸ਼ਾ, ਬੱਕਰੀ ਕਿਸੇ ਆਦਮੀ ਕਾਟਦੀ ਹੈ, ਜੇ ਕੌਣ ਸੀ ਬਾਤ ਹੈ, ਜੇ ਕੌਣ ਸਾ ਇਨਸਾਫ ਹੈ, ਆਦਮੀ ਕਿ ਆਦਮੀ ਉਹ ਆਦਮੀ ਥੱਪੜ ਲਿਆ ਕੇ ਤਾਂ ਉਸਦਾ ਪੂਰਾ ਪਰਿਵਾਰ ਹੀ ਕਾਟ ਦੇਂਗੇ, ਬੱਕਰੀ ਪਿੱਛੇ ਆਦਮੀ ਕਾਟ ਦੀ ਚਲੋ। ਬੱਕਰੀ ਨੇ ਅਗਰ ਕੁਛ ਨੁਕਸਾਨ ਕੀਆ ਥਾ ਨਾ ਉਸਕਾ ਹਰਜਾਨਾ ਲੈ ਲੈਣਾ ਥਾ, ਬੱਚੇ ਕੋ ਕਾਟਣਾ ਨਹੀਂ ਥਾ, ਯੇ ਇਨਸਾਨੀਅਤ ਕਾ ਮਸਲਾ ਹੈ, ਕੋਈ ਜ਼ਾਤ ਬਾਤ ਕਾ ਮਸਲਾ ਨਹੀਂ ਹੈ, ਯੇ ਇਨਕੋ ਬਾਦਸ਼ਾਹ ਕੋ ਉਨਕਾ ਇਨਸਾਫ ਮਿਲਣਾ ਚਾਹੀਏ। ਬੱਕਰੀ ਕੋ ਲੈ ਜਾਤਾ ਥਾ ਸੁਬਹ ਏਕ ਵਜੇ ਤੱਕ, ਸਹੀ ਬੰਦੇ ਰੈਸਟ ਹੋਣਾ ਚਾਹੀਏ, ਅਗਰ ਨਹੀਂ ਹੁਆ ਤੋ ਜਹੀ ਜਹੀ ਡੈਡ ਬਾਡੀ ਹਮ ਉਨਕੇ ਘਰ ਮੇ ਚਲਾਏਂਗੇ, ਸਿੱਧੀ ਬਾਤ ਹੈ। ਜੈਸੇ ਇਸਕੋ ਮਾਰੇ ਵੈਸੇ ਉਨਕੇ ਆਦਮੀ ਕੋ ਮਾਰੇਂਗੇ, ਉਨਕੇ ਘਰ ਮੇ ਚਲਾਏਂਗੇ ਸਭ, ਉਸੀ ਘਰ ਮੇ ਸਭ ਕੁਛ ਹੋਗਾ। ਵੈਸੇ ਮਾਰਾ ਉਨਕੇ ਕਾਰਡ ਕਾਰਡ ਦੇ ਪੂਰਾ ਬ੍ਰੇਨ ਕੀ ਨਸੇ ਕਾਟ ਦੀ ਹੈ। ਆਪਨੇ ਖੁਦ ਦੇਖਾ ਕਿੰਨਾ ਖੂਨਸਰਤ ਪਰ ਥਾ, ਰਸ਼ੀ ਮੈਨ ਨੇ ਖੁਦ ਦੇਖਾ ਉਸਕੋ, 3 ਦਿਨ ਵੈਂਟੀਲੇਟਰ ਪਰ, ਉਹ ਵੀ 3 ਦਿਨ ਸੇ ਮਾਸਾ ਘੂਮ ਰਹੇ ਹੈ, ਮੈਂ ਫਿਰ ਵੀ ਪ੍ਰਸ਼ਾਸਨ ਨੇ ਕੋਈ ਕੰਮ ਹੀ ਨਹੀਂ ਕੀਤਾ। ਕੱਲ ਤੱਕ ਉਨਕੋ ਅਰੈਸਟ ਹੋਣੀ ਚਾਹੀਏ ਸਭ ਬੰਦੇ, ਨਹੀਂ ਉਹ ਤਾਂ ਹਮ ਆਪਣੇ ਤਰੀਕੇ ਸੇ ਕਰੇਂਗੇ। ਬਿਲਕੁਲ ਜਿਹੜੀ ਮੈਂ ਲਾਈਵ ਤਸਵੀਰਾਂ ਤੁਹਾਨੂੰ ਇਸ ਵੇਲੇ ਸਾਂਝੀ ਕਰਨ ਦਾ ਪ੍ਰਯਾਸ ਕਰਾਂ ਨਾ, ਜੰਮੂ ਦੇ GMC ਹਸਪਤਾਲ ਤੋਂ ਦੱਸਣ ਦਾ ਪ੍ਰਯਾਸ ਕਰਾਂ, ਮਗਰ ਹਮੇਸ਼ਾ ਜਿਹੜਾ ਅਰਨੀਆ ਜਾਂ ਆਰਸਪੁਰਾ ਤੋਂ ਜਨਾਬ ਇਹੋ ਜਿਹੜੇ ਮਾਮਲੇ ਹੈ ਉਹ ਸਾਹਮਣੇ ਨਜ਼ਰ ਆਉਂਦੇ ਆ, ਮਗਰ ਅਰਨੀਆ ਦੇ ਜਿਹੜੇ SHO ਸਾਹਿਬ ਹੈ ਜਾਂ ਜਿਹੜੇ ਸਾਡੇ ਜੰਮੂ ਦੇ ਜਿਹੜੇ SSP ਡਾਕਟਰ ਵਿਨੋਦ ਕੁਮਾਰ ਹੋਰ ਆ, ਬੜੇ ਅੱਛਾ ਕੰਮ ਕਰ ਰਹੇ, ਮਗਰ ਹਮੇਸ਼ਾ ਜਿਹੜੇ ਇਹੋ ਜਿਹੜੇ ਮਾਮਲੇ ਹੈ ਇਹ ਅਰਨੀਆ ਵਿਸ਼ਨਾ ਔਰ ਜਨਾਬ ਇੱਧਰ ਤੋਂ ਇਹ ਮਾਮਲੇ ਸਾਹਮਣੇ ਨਜ਼ਰ ਆਉਂਦੇ ਆ, ਮਗਰ ਪਰਿਵਾਰ ਸਦਮੇ 'ਚ ਇਸ ਵੇਲੇ। ਕਿਉਂਕਿ ਅਗਰ ਮਾਰਨਾ ਹੀ ਤਾਂ ਕੋਈ ਚੰਡ ਤੱਫੜ ਲਗਾਤੇ ਉਸਕੋ, ਜਾਂ ਤਾਂ ਕੋਈ ਪੈਰ ਕਾਟਦੇ, ਕੋਈ ਕੰਟਰਾਂ ਕਾਟਦੇ, ਤੇ ਕੋਈ ਵਿਚਾਰਾ ਸੁੱਟ ਕੇ ਸਾਰੇ ਹੀ ਚਲਦਾ, ਜੇ ਕੌਣ ਸੀ ਬਾਤ ਕਹੇ ਕਿ ਮਾਂ ਦਾ ਬੇਟਾ ਹੀ ਛੀਨ ਲਿਆ, ਉਸਕੋ ਫਾਂਸੀ ਚਾਹੀਏ। ਆਂਟੀ ਜੀ ਜੰਮੂ ਦੇ SSP ਡਾਕਟਰ ਵਿਨੋਦ ਕੁਮਾਰ ਉਹ ਬੜਾ ਅੱਛਾ ਕੰਮ ਕਰਦੇ ਆ, ਉਹ ਜੰਮੂ ਦੇ ਲੋਕ ਬੜਾ ਪਸੰਦ ਕਰਦੇ ਆ, ਮਗਰ ਕੀ ਅਪੀਲ ਕਰਦੇ ਤੁਸੀਂ ਹੁਣੇ ਅੱਗੇ? ਸਾਡੇ ਵਾਸਤੇ ਸਾਡਾ ਬੇਟਾ ਕਿੰਨੀ ਰਿਹਾ, ਸਾਡੇ ਵਾਸਤੇ ਅੰਕਲ ਕੀ ਅਪੀਲ ਹੈ, ਹੈਂ ਉਹ ਮਾਂ ਨੇ ਅਜੇ ਤੱਕ ਸੁਣਿਆ ਵੀ ਉਹਦੀ ਕੀ ਹਾਲਤ ਹੋ ਆਈ ਹੋਊ, ਉਹਦੇ ਪਿਓ ਵਿਚਾਰਾ ਬਿਮਾਰ ਰਹਿੰਦਾ ਇਹ ਹੁਣ ਉਹਨੇ ਓਪਰੇਸ਼ਨ ਕਰਵਾਇਆ ਸੀ, ਉਹਦੀ ਕੀ ਹਾਲਤ ਹੋ ਗਈ ਸੀ, ਤੁਸੀਂ ਆਪੇ ਵੀ ਤੁਸੀਂ ਵੀ ਕੋਈ ਮਾਂ ਦੇ ਬੇਟੇ ਹੋ ਜਾਂ ਆਪਣੇ ਮਾਂ ਪਿਓ ਦੇ ਗੱਲ ਕੇ ਦੇਖੋ ਵੀ ਕੀ ਹਾਲਤ ਹੈ ਇਹਨਾਂ ਦੀ, ਇਹ ਇੱਥੇ ਇਹਨਾਂ ਵਿਚਾਰਿਆਂ ਦੇ ਹਾਲ ਘਰ ਵਾਲੇ ਕੀ ਕਰਾ ਦੇ ਹੋਣਗੇ, ਇਹਦੀ ਭੈਣ ਦਾ ਕੀ ਹਾਲ ਹੈ, ਉਹ ਕੱਲ੍ਹ ਇੱਥੇ ਹੋਸਪਿਟਲ 'ਚ ਡਿੱਗੀ ਹੋਈ ਆ, ਅੱਜ ਇਹ ਹੁਣ ਮਸਾਂ ਚੁੱਕੀ ਆਉਂਦਾ ਇਹ ਅੰਦਰੋਂ, ਹੈਂ ਆਪੇ ਵੀ ਸੋਚਣਾ ਚਾਹੀਦਾ, ਕਿਹੜਾ ਕੁੱਤਾ ਬੰਦਾ ਸੀ ਜਿਹਨੇ ਕਿ ਨਾ ਉਹਦੀ ਵਿਚਾਰੇ ਦੀ ਜਾਨ ਕੇ ਲੈ ਲਈ ਹੈ, ਕਿਆ ਉਹਦੇ ਬੱਚੇ ਨਹੀਂ, ਕੱਲ੍ਹ ਕੀ ਉਹਦੇ ਕੰਨੇ ਕੁਛ ਹੋਇਆ ਤਾਂ ਉਹਦੇ ਦਿਲਾਂ 'ਚ ਕੀ ਹੋ, ਇਹਦੇ ਮਾਂ ਪਿਓ ਦੇ ਦਿਲਾਂ 'ਚ ਕੀ ਹੋਇਆ, ਸਾਡੇ ਕੀ ਆ, ਸਾਡੇ ਘਰ ਟਿੱਡੇ 'ਚ ਅੱਗ ਲੱਗੀ ਹੋਈ ਆ,
ਅਸੀਂ ਵੀ ਕੁਛ ਸੋਚਾਂਗੇ ਇਹੋ ਜਿਹੇ ਬੰਦੇ ਚਾਹੀਦੀ ਜਾਂ ਗੋਲੀ ਤੇ ਜਾਂ ਫਾਂਸੀ ਚਾਹੀਦੀ ਨਹੀਂ ਫਾਂਸੀ ਸਾਡੀ ਵੀ ਤੇ ਇਹੀ ਅਪੀਲ ਹੈ ਇਹ ਛੋਟਾ ਭਰਾ ਆ ਬਿਲਕੁਲ ਤਸਵੀਰਾਂ ਜਿਹੜੀ ਮੈਂ ਤੁਹਾਨੂੰ ਲਾਈਵ ਸਾਂਝੀ ਇਸ ਵੇਲੇ ਕਰਨ ਦਾ ਪ੍ਰਯਾਸ ਕਰ ਰਿਹਾ ਜਨਾਬ ਇਹ ਜੰਮੂ ਦੇ GMC ਹਸਪਤਾਲ ਤੋਂ ਦੱਸਣ ਦਾ ਪ੍ਰਯਾਸ ਕਰ ਰਿਹਾ 2 ਦਿਨ ਪਹਿਲੇ ਮੈਂ ਤੁਹਾਨੂੰ ਇੱਕ ਮਾਮਲੇ ਤੋਂ ਸਾਂਝਾ ਕੀਤਾ ਕਿ ਜਨਾਬ RSਪੁਰਾ ਦੇ ਆਰਨੀਆਂ ਤੋਂ ਇੱਕ ਐਸਾ ਮਾਮਲਾ ਸਾਹਮਣੇ ਨਜ਼ਰ ਆਇਆ ਕਿ ਜਨਾਬ ਕੁਛ ਬੱਕਰੀਆਂ ਤੋਂ ਲੈ ਕੇ ਕੋਈ ਗੱਲਬਾਤ ਚੱਲੀ ਸੀ ਅਤੇ ਉਸਦੇ ਬਾਅਦ ਜਨਾਬ ਇੱਕ 18 ਸਾਲ ਦੇ ਬੇਟੇ ਪਰ ਤੇਜ਼ਧਾਰ ਹਥਿਆਰ ਕਨੇ ਹਮਲਾ ਹੋਇਆ ਜਿਸ ਦੇ ਬਾਅਦ ਗੰਭੀਰ ਰੂਪ ਕਨੇ ਘਾਇਲ ਹੋਏਗਾ ਜਿਸ ਦੇ ਬਾਅਦ ਜਨਾਬ ਜੰਮੂ ਦੇ GMC ਵਿੱਚ ਉਹਦਾ ਇਲਾਜ ਚਲਾ ਰਿਹਾ ਮਗਰ ਪਿਤਾ ਦਾ ਬੜਾ ਰੋਈ ਰੋਈ ਆ ਬੁਰਾ ਹੋਏਗਾ ਜਿਹਦਾ 18 ਸਾਲ ਦੇ ਬੇਟੇ ਪਰ ਤੇਜ਼ਧਾਰ ਹਥਿਆਰ ਕਨੇ ਪਰਿਆਰ ਹੋਇਆ ਜਨਾਬ ਪਿਤਾ ਦਾ ਸਾਫ਼ ਤੌਰ ਇਹ ਆਰੋਪ ਸੀ ਕਿ ਜਿਹੜੇ ਆਰਨੀਆਂ ਦੇ ਜਿਹੜੇ SHO ਸਾਹਿਬ ਆ ਉਹਨੇ ਜਨਾਬ ਮੌਕੇ ਪਰ ਕੋਈ ਕਾਰਵਾਈ ਨਹੀਂ ਕੀਤੀ ਸੀ ਮਗਰ ਅੱਜ ਇਨਸਾਫ਼ ਦੀ ਗੁਹਾਰ ਲਗਾ ਰਹੇ ਮਗਰ ਜਿਹੜੇ ਲੋਕ ਇਸ ਵੇਲੇ ਇਸ ਵੀਡੀਓ ਕੀ ਦੇਖਾ ਰਿਹਾ ਉਹ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਜਾਇਓ ਅਗਰ ਸਾਡੇ ਜੰਮੂ ਦੇ ਜਿਹੜੇ SSP ਡਾਕਟਰ ਵਿਨੋਦ ਕੁਮਾਰ ਹੋਰ ਅਗਰ ਇਸ ਵੀਡੀਓ ਨੂੰ ਦਿਖਾ ਰਿਹਾ ਤਾਂ ਜਨਾਬ ਪਰਿਵਾਰ ਇਸ ਵੇਲੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਅਗਰ ਤੁਸੀਂ ਇਸ ਵੀਡੀਓ ਨੂੰ ਦਿਖਾ ਰਹੇ ਹੋ ਤਾਂ ਜਨਾਬ ਪਰਿਵਾਰ ਇਸ ਵੇਲੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਔਰ ਇਸ ਵੇਲੇ ਤਸਵੀਰਾਂ ਜਿਹੜੀ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਜੰਮੂ ਦੇ GMC ਹਸਪਤਾਲ ਤੋਂ ਦੱਸਣ ਦਾ ਪ੍ਰਯਾਸ ਕਰ ਰਿਹਾ ਤੇ ਜਨਾਬ ਅਗਰ ਤੁਸੀਂ ਇਸ ਵੀਡੀਓ ਨੂੰ ਦਿਖਾ ਰਹੇ ਹੋ ਤਾਂ ਜਨਾਬ ਕੁਝ ਸੰਗਿਆਨ ਲਿਓ ਔਰ ਪਰਿਵਾਰ ਇਸ ਵੇਲੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਜਿਹਦੇ ਜਿਹਦਾ ਅੱਜ 18 ਸਾਲ ਦਾ ਬੇਟਾ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਆਖਿਰ ਹੁਣ ਕਿਆ ਕੁਛ ਵਜ੍ਹਾ ਰਹੀ ਹੈ ਇਹ ਤਾਂ ਜਨਾਬ ਹੁਣ ਜਾਂਚ ਦਾ ਵਿਸ਼ਾ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਆ ਮਗਰ ਕੁਦੇ ਨਾ ਕੁਦੇ ਅੱਜ ਦੇਖਿਆ ਜਾਂਦੇ ਅੱਜ 18 ਸਾਲ ਦੇ ਬੇਟਿਆਂ ਨੇ ਜਿਹੜੀ ਆਖਰੀ ਜਿਹੜੀ ਸਾਂਸ ਆ ਅੱਜ GMC ਹਸਪਤਾਲ 'ਚ ਲੈ ਲਈ ਹੈ ਮਗਰ ਜਿਹੜੇ ਲੋਕ ਇਸ ਵੇਲੇ ਇਸ ਵੀਡੀਓ ਕੀ ਦੇਖਾ ਰਿਹਾ ਉਹ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਜਾਇਓ ਔਰ ਕਮੈਂਟ ਵਿੱਚ ਓਮ ਸ਼ਾਂਤੀ ਜ਼ਰੂਰ ਲਿਖਿਓ।